ਦਰੋ ਸੁਖਵੀਰ ਸਿੰਘ ਬਾਦਲ ਨੇ ਵੀ ਜਿੱਥੇ ਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹਾਂਜੀ ਐਲਾਨ ਕਰ ਦਿੱਤਾ ਹੁਣ ਦੇਖੋ ਭਾਈ ਕੀ ਹੁੰਦਾ ਬੜੇ ਬੜੇ ਸਵਾਲ ਵੀ ਉੱਠ ਰਹੇ ਆ ਕਿਨੇ ਕਿ ਜਗਮੀਤ ਸਿੰਘ ਬਰਾੜ ਬਾਹਰ ਰਹਿ ਗਏ ਜੀ ਪੀਸੀ ਵੀ ਹਾਂਜੀ ਜੀ ਅੱਜ ਆਪਾਂ ਜਦੋਂ ਗੱਲ ਕਰ ਰਹੇ ਹਾਂ ਤਾਂ ਉਦੋਂ ਜਗਮੀਤ ਸਿੰਘ ਬਰਾੜ ਨੇ ਪੀਸੀ ਵੀ ਸੱਦ ਲਈ ਆ 3 ਵਜੇ ਸ਼ਾਇਦ ਜੀ ਉਧਰੋਂ ਇਨਸਾਫ ਮੋਰਚੇ ਦੀ ਪੀਸੀ ਆ ਤੇ ਉਧਰੋਂ ਦੁਪਹਿਰੇ ਇਧਰੋਂ ਤਾਂ ਮੈਨੂੰ ਲੱਗਦਾ ਕਿ ਨਾ ਆਪ ਲਈ ਅੱਜ ਦੀ ਘੜੀ ਜਿਹੜੀ ਹੈ ਉਹ ਕਹਿ ਲੋ ਕਿ ਚੈਨਲ ਸਾਂ ਲੈਣ ਵਾਲੀ ਅਤੇ ਨਾ ਅਕਾਲੀਆਂ ਵਾਸਤੇ ਕੀ ਪਤਾ ਨਹੀਂ ਕੀ ਹੋਣਾ ਇਹ ਆਲੀ ਸਾ ਵੀ ਰਹਿ ਗਏ ਉਹ ਤਾਂ ਵੀ ਜੇ ਤੁਸੀਂ ਦੇਖੋਗੇ ਤਾਂ ਕੁਝ ਇਹਨਾਂ ਦੇ ਜਿਹੜੇ ਉਮਰਦਰਾਜ਼ ਲੀਡਰ ਨੇ ਜੀ ਬਡੂਂਗਰ ਸਾਹਿਬ ਉਹਪਿੰਦਰਜੀਤ ਕੌਰ ਜੀ ਜਾਂ ਕੁਝ ਅਟਵਾਲ ਸਾਹਿਬ ਉਹਨਾਂ ਨੂੰ ਮਤਲਬ ਕਿ ਸਲਾਹਕਾਰ ਕਮੇਟੀ ਚ ਪਾ ਦਿੱਤਾ ਉਹ ਨਵੀਂ ਬਣਾ ਦਿੱਤੀ ਜਿਵੇਂ ਭਾਜਪਾ ਵਾਲਿਆਂ ਨੇ ਮਾਰਗਦਰਸ਼ਨ ਮੰਡਲ ਬਣਾਇਆ ਜੀ ਇੱਕ ਸੁਪਰ ਸਰਪ੍ਰਸਤ ਬਣਾ ਦਿੱਤੇ ਬਾਦਲ ਸਾਹਿਬ ਵਰਗੇ ਬ੍ਰਹਮਪੁਰਾਉ ਸਾਹਿਬ ਵਰਗੇ ਖੁਸ਼ ਰਹੋ ਤੁਸੀਂ ਕਰੇ ਬੈਠੋ ਨੰਦ ਲਓ ਮੱਝਾ ਲਓ ਸਰਪ੍ਰਸਤ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਪ੍ਰਧਾਨ ਸਾਹਿਬ ਹੈ ਗਿਆ ਤੋਂ ਜੇ ਤੁਸੀਂ ਦੇਖੋਗੇ ਤਾਂ ਕੋਰ ਕਮੇਟੀ ਦੇ ਵਿੱਚ ਕੁਝ ਚਿਹਰੇ ਆਏ ਨੇ ਨਵੇਂ ਆਏ ਨੇ ਤੇ ਓਵਰਲ 14 ਕੁ ਚਿਹਰੇ ਨਵੇਂ ਵੀ ਆ ਕੋਰ ਕਮੇਟੀ ਚ ਵੈਸੇ ਬੀਬੀ ਜ਼ਗੀਰ कौर ਤੋਂ ਬਗੈਰ ਤਾਂ رونਕ ਜੀ ਰਹਿੰਦੀ ਨਹੀਂ ਪਰ ਇੱਕ ਬੀਬੀ ਇਹਨਾਂ ਨੂੰ ਸ਼ਾਮਲ ਕੀਤੀ ਹੈ ਨੇ ਮੀ ਚੋਧਰੀ ਸ਼ਾਹ ਜੀ ਜੀ ਹਰ ਇੱਕ ਮੈਂ ਲਿਆ ਇਸਤਰੀ ਵਿੰਗ ਪ੍ਰੈਜ਼ੀਡੈਂਟ ਬਸ ਉਦਾਂ ਹੀ ਲਿਖਤਾ ਸੀ ਇਹਨਾਂ ਦੇ ਨਾਮ ਹਾਂ ਜੀ ਹਾਂ ਜੀ ਹਾਂ ਜੀ ਸੋ ਇਹ ਇਹਨਾਂ ਨੇ ਜਥੇਵੰਦਕ ਢਾਂਚਾ ਤਾਂ ਫਿਰ ਤੁਹਾਨੂੰ ਪਤਾ ਪੁਰਾਣ ਸਰਜੀਤ ਕਰਨਾ ਹੀ ਸੀ ਜਦੋਂ ਭੰਗ ਹੋਇਆ ਸੀਗਾ ਪਰ ਹੁਣ ਉਹਦਾ ਫਾਇਦਾ ਕੀ ਹੁੰਦਾ ਹੈ ਤਾਂ ਬੱਕਰੀ ਗੱਲ ਹੈ ਤਾਂ ਸਮਾ طے ਕਰੇਗਾ ਪਰ ਨੁਕਸਾਨ ਤਾਂ ਮਤਲਬ ਕਿ ਇਹ ਵੀ ਹੋ ਸਕਦਾ ਹੈ ਕਿ ਜੇ ਇੱਕ ਦੋ ਜਿਹੜੇ ਰੁੱਸੇ ਬੰਦੇ ਆ ਜਿਵੇਂ ਹੁਣ ਕੋਈ ਉਹ ਐਲਾਨ ਕਰ ਦਿੰਦੇ ਨੇ ਤਾਂ ਕਮਸਾਨ ਮਚਾ ਦਿੰਦੇ ਨੇ ਤਾਂ ਨੁਕਸਾਨ ਤੈ ਆ ਬੀ ਬਿਜਗੀਰ ਘਰ ਅੱਡ ਤੋਂ ਤੁਹਾਨੂੰ ਪਤਾ ਹੈ ਮਤਲਬ ਕਿ ਗੱਲ ਜੀ ਬਣ ਨਹੀਂ ਰਹੀ ਬਹੁਤ ਔਖਾ ਹੈ ਹਣ ਵਕ ਮੈਂ ਤੇ ਇਹ ਗੱਲ ਕਹੂੰਗਾ ਕਿ ਜੇ ਆਹੀ ਹਾਲ ਰਿਹਾ ਕਾਂਗਰਸ ਦਾ ਕਾਲੀਆਂ ਦਾ ਤੇ ਆਮ ਆਦਮੀ ਪਾਰਟੀ ਤਾਂ ਫਿਰ ਕੰਫਰਟ ਜ਼ੋਨ ਚ ਹੈ ਕੰਫਰਟ ਜ਼ੋਨ ਚ ਹੈ ਕਿਉਂਕਿ ਕਿਉਂਕਿ ਆਪਸ਼ਨ ਫਿਰ ਗਾਂ ਕੋਈ ਨਹੀਂ ਬਣ ਰਿਹਾ ਕਿ ਜੇ ਮੰਨ ਲਓ ਕੱਲ ਨੂੰ ਕੋਈ ਸਿੱਧੂ ਜਾਂ ਕੋਈ ਹੋਰ ਨਿਕਲ ਕੇ ਕੋਈ ਵੱਡਾ ਫਰੰਟ ਨਹੀਂ ਬਣਾਉਂਦਾ ਜਿਹੜਾ ਪੰਜਾਬੀ ਸਵੀਕਾਰ ਕਰ ਲੈਣ ਤਾਂ ਫਿਰ ਕੀ ਆਪਸ਼ਨ ਹੈ ਸਮਝ ਨਹੀਂ ਆਉਂਦੀ ਕਿ ਕਿ ਉਹੀ ਕਹਾਣੀ ਫਿਰ ਚੱਲੇਗੀ ਹਾਲਾਂਕਿ ਮੈਂ ਗੱਲ ਬਹੁਤ ਅੱਗੇ ਦੀ ਕਰ ਰਿਹਾ ਵਾਂ ਕਿ ਲੱਗਦਾ ਨਹੀਂ ਹੈ ਕਿਉਂਕਿ ਆ ਕਾਲੀ ਦਲ ਖੜਾ ਹੀ ਇੱਥੇ ਆ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਜਾਣੇ ਬਸ ਜੇ ਕੋਈ ਵੱਡਾ ਮਤਲਬ ਕਿ ਫੇਰ ਬਦਲ ਹੋ ਜਾਂਦਾ ਤਾਂ ਮੈਨੂੰ ਲੱਗਦਾ ਕਿ ਫਿਰ 27 ਤੱਕ ਸ਼ਾਇਦ ਕੁਝ ਹੋ ਜਾਂਦਾ ਪਰ ਹੁਣ ਨਹੀਂ ਲੱਗਦਾ ਹਾਲੇ ਐਂ ਲੱਗਦਾ ਕਿ ਜੇ ਇਹ ਤਾਂ ਕੋਈ ਵੱਡਾ ਚੇਂਜ ਨਹੀਂ ਹੈ ਨਾ ਥੋੜੇ ਚਿਰੇ ਇੱਧਰ ਕਰ ਦਿੱਤੇ ਥੋੜੇ ਚਿਰੇ ਵਿਚਾਲੇ ਲਿਆਂਦੇ ਥੋੜੇ ਦਰ ਕਰਤੇ ਰਾਈਟ ਆਫ ਵੀ ਹੋ ਗਿਆ ਥੋੜੇ ਤਾਂ ਭਈ ਇੱਕ ਵੱਡਾ ਜਿੱਦਾਂ ਆਪਾਂ ਕਿ ਲੈਣ ਕਿ ਇਨਕਲਾਬੀ ਰਿਜ਼ਲਟ ਜਿਹੜਾ ਉਹ ਇਨਕਲਾਬੀ ਰਿਜ਼ਲਟ ਇਨਕਲਾਬੀ ਫੈਸਲਿਆਂ ਨਾਲ ਹੀ ਬਣਦਾ ਹੈ ਨਾ ਤਾਂ ਨਜ਼ਰ ਨਹੀਂ ਆਇਆ ਹਲਦੀ ਘੜੀ ਤਾਂ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਚੁੰਦਾ ਕਮੇਟੀ ਨੂੰ ਲੈ ਕੇ ਇਹਨਾਂ ਦੇ ਅੰਦਰ ਰੋਸ ਚੱਲ ਰਿਹਾ ਹੈ। ਉਹ ਕਿਸ ਤਰ੍ਹਾਂ ਜਾਏਗਾ ਪਤਾ ਨਹੀਂ। ਬਾਕੀ 2024 'ਚ ਥੋੜਾ-ਥੋੜਾ ਆਪਣਾ ਅੰਦਾਜ਼ਾ ਹੋ ਜਾਏਗਾ। ਬਿਲਕੁਲ ਬਿਲਕੁਲ ਸਾਫ਼ ਹੋ ਜਾਏਗਾ। ਜੀ ਬਾਕੀ ਇਹ ਕਿ ਜਿਸ ਤਰ੍ਹਾਂ ਦੇ ਨਾਲ ਮਨਪ੍ਰੀਤ ਐਲੀ ਨੂੰ ਨਹੀਂ ਲਿਆ ਗਿਆ ਤਾਂ ਅੰਦਰਲੇ ਪਾਸੇ ਵੀ ਵਿਧਾਨ ਸਭਾ ਦੇ ਵਿੱਚ ਵੀ ਕੋਕੀਰ ਨਾਲ ਅਕਾਲੀ ਦਲ ਦਾ ਵੱਡਾ ਲੀਡਰ ਨਹੀਂ ਹੋਇਆ। ਆ ਫਿਰ ਉੱਥੇ ਬੀਬੀ ਗਨੀਪ ਕੌਰ ਹੈਗੇ ਨੇ ਉਹ ਬਹੁਤ ਘੱਟ ਬੋਲਦੇ ਨੇ। ਜੀ ਹਮਲਾਵਰ ਤੇ ਬਿਲਕੁਲ ਇਹ ਨਹੀਂ ਗਿਓ। ਜੀ ਫਿਰ ਇਸ ਤੋਂ ਲਾਵਾ ਸੁਖੀ ਜੀ ਡਾਕਟਰ ਸੁਖੀ ਜੀ ਰਹਿ ਗਏ ਨੇ ਜੀ ਉਹ ਬੁਲਾਰੇ ਬਹੁਤ ਅੱਛੇ ਪਰ ਇਕੱਲੇ ਬੰਦੇ ਦਾ ਕੀ ਵਟਿਆ ਜਾਂਦਾ ਇਕੱਲੇ ਤਾਂ ਉਹ ਨਹੀਂ ਵਟਿਆ ਨਾ ਕਾਕ ਕਿਉਂਕਿ ਫਿਰ ਈਆਲੀ ਸਾਹਿਬ ਆਪਣੇ ਹਸਾਬ ਕਿਤਾਬ ਨਾਲ ਚੱਲਣਗੇ ਨਾ ਉਹ ਤਾਂ ਹੋ ਸਕਦਾ ਕਿ ਬੈਕ ਫਾਇਰ ਕਦੇ-ਕਦੇ ਇੱਧਰ ਵੀ ਕਰ ਦਿਆ ਕਰਨਾ